ਨਕੋਦਰ ਮੱਥਾ ਟੇਕਣ ਜਾ ਰਹੇ ਕੁੜੀ ਮੁੰਡੇ ਦੀ ਹੋਈ ਦਰਦਨਾਕ ਮੌਤ। ਬਾਈਕ ਤੇ ਜਾਂਦਿਆਂ ਨੂੰ ਟਰੱਕ ਨੇ ਮਾਰੀ ਟੱਕਰ। ਦੱਸ ਦਈਏ ਕਿ ਕੁਝ ਦੋਸਤ ਮਿਲ ਕੇ ਨਕੋਦਰ ਦੇ ਵਿੱਚ ਮੱਥਾ ਟੇਕਣ ਜਾ ਰਹੇ ਸੀ ਤਾਂ ਰਸਤੇ ਦੇ ਵਿੱਚ ਇੱਕ ਟਰੱਕ ਦੇ ਵੱਲੋਂ ਬਾਈਕ ਨੂੰ ਟੱਕਰ ਮਾਰੀ ਗਈ ਜਿਸ ਤੇ ਕੁੜੀ ਮੁੰਡਾ ਬੈਠੇ ਸੀ ਤਾਂ ਹਾਦਸੇ ਦੇ ਵਿੱਚ ਮੁੰਡੇ ਦੀ ਮੌਕੇ ਤੇ ਹੀ ਮੌਤ ਹੋ ਜਾਂਦੀ ਹੈ ਜਦਕਿ ਜ਼ਖਮੀ ਹਾਲਤ ਦੇ ਵਿੱਚ ਕੁੜੀ ਨੂੰ ਹਸਪਤਾਲ ਲਿਜਾਇਆ ਗਿਆ ਜਿੱਥੇ ਇਲਾਜ ਦੇ ਦੌਰਾਨ ਇਸ ਲੜਕੀ ਦੀ ਵੀ ਮੌਤ ਹੋ ਜਾਂਦੀ ਹੈ। ਤਾਂ ਦੱਸ ਦਈਏ ਕਿ ਹਾਦਸਾ ਨਕੋਦਰ ਫਗਵਾੜਾ ਮੇਨ ਹਾਈਵੇ ਤੇ ਵਾਪਰਿਆ ਤਾਂ ਇਹ ਸਾਰੇ ਚੰਡੀਗੜ੍ਹ ਤੋਂ ਨਕੋਦਰ ਮੱਥਾ ਟੇਕਣ ਜਾ ਰਹੇ ਸੀ। ਇਸ ਸੰਬੰਧੀ ਮ੍ਰਿਤਕ ਦੇ ਦੋਸਤ ਨੇ ਦੱਸਿਆ ਕਿ ਟਰੱਕ ਤੇਜ਼ ਗਤੀ ਦੇ ਵਿੱਚ ਸੀ ਜਿਸ ਕਾਰਨ ਉਸਦੇ ਬ੍ਰੇਕ ਨਹੀਂ ਲੱਗੇ ਤੇ ਇਸਦੇ ਵੱਲੋਂ ਬਾਈਕ ਨੂੰ ਟੱਕਰ ਮਾਰੀ ਗਈ ਤਾਂ ਮੁੰਡੇ ਦੀ ਇਸਦੇ ਵਿੱਚ ਮੌਤ ਹੋ ਜਾਂਦੀ ਹੈ ਜਦਕਿ ਟਰੱਕ ਡਰਾਈਵਰ ਮੌਕੇ ਤੋਂ ਫਰਾਰ ਹੋ ਜਾਂਦਾ। ਤਾਂ ਪੁਲਿਸ ਦੀ ਟੀਮ ਦੇ ਵੱਲੋਂ ਪਹੁੰਚ ਕੀਤੀ ਗਈ ਤੇ ਉਹਨਾਂ ਦੱਸਿਆ ਕਿ ਮ੍ਰਿਤਕ ਨੌਜਵਾਨ ਦੀ ਪਹਿਚਾਣ ਆਕਾਸ਼ ਵਜੋਂ ਹੋਈ ਜੋ ਕਿ ਚੰਡੀਗੜ੍ਹ ਦੇ 56 ਸੈਕਟਰ ਦਾ ਰਹਿਣ ਵਾਲਾ ਸੀ ਜਦਕਿ ਲੜਕੀ ਦੀ ਪਹਿਚਾਣ ਪੂਜਾ ਜਿਸ ਦੀ ਉਮਰ 19 ਸਾਲ ਤੇ ਇਹ ਵੀ ਚੰਡੀਗੜ੍ਹ ਦੇ 56 ਸੈਕਟਰ ਦੀ ਰਹਿਣ ਵਾਲੀ ਸੀ। ਤਾਂ ਪੁਲਿਸ ਦੇ ਵੱਲੋਂ ਫਰਾਰ ਟਰੱਕ ਚਾਲਕ ਦੀ ਵੀ ਪਹਿਚਾਣ ਕਰ ਲਈ ਗਈ ਹੈ ਤੇ ਲਗਾਤਾਰ ਉਸਦੀ ਭਾਲ ਕੀਤੀ ਜਾ ਰਹੀ ਹੈ। ਤਾਂ ਦਰਦਨਾਕ ਹਾਦਸਾ ਹੋਇਆ ਜਿਸ ਦੇ ਵਿੱਚ ਕੁੜੀ ਮੁੰਡੇ ਦੀ ਮੌਤ ਹੋਈ ਹੈ। ਤਾਂ ਮੱਥਾ ਟੇਕਣ ਜਾ ਰਹੇ ਸੀ ਦੋਸਤ ਮਿਲ ਕੇ ਤਾਂ ਇਸੇ ਦੌਰਾਨ ਰਸਤੇ ਦੇ ਵਿੱਚ ਵੱਡਾ ਹਾਦਸਾ ਹੋ ਗਿਆ ਜਿਸ ਕਾਰਨ ਕੁੜੀ ਮੁੰਡੇ ਦੀ ਮੌਤ ਹੋ ਜਾਂਦੀ ਹੈ। ਉਹ ਇੱਕ ਟਰੱਕ ਵਾਲਾ ਬੰਦਾ ਸੀਗਾ, ਆਪਾਂ ਤਾਂ ਸਪੀਡ ਨੋਰਮਲੀ ਸਪੀਡ ਸੀਗੀ, ਜੋ ਟਰੱਕ ਵਾਲਾ ਸੀਗਾ ਉਹ ਓਵਰ ਸਪੀਡ ਸੀਗਾ, ਆਪਾਂ ਨੇ ਤਾਂ ਬਾਈਕ ਸੰਭਾਲ ਲਈ ਸੀਗੀ। ਜਿਹੜਾ ਟਰੱਕ ਵਾਲਾ ਸੀਗਾ ਨਾ ਉਹ ਉਸੇ ਬ੍ਰੇਕ ਵੱਜੀ ਨਹੀਂ, ਉਹਨੇ ਲਾ ਕੇ ਸਿੱਧਾ ਮਾਰਤਾ ਔਰ ਉਹ ਟਰੱਕ ਛੋੜ ਕੇ ਭੱਗ ਗਿਆ। ਜਿਹਦੀ ਮੌਤ ਹੋਈ ਉਹਦਾ ਨਾਮ ਕੀ ਸੀ? ਉਹਦਾ ਨਾਮ ਆਕਾਸ਼ ਨਾਮ ਸੀ। ਕਿੱਥੋਂ ਦਾ ਰਹਿਣ ਵਾਲਾ? ਚੰਡੀਗੜ੍ਹ ਦੇ ਆਪਾਂ ਜੀ। ਅੱਛਾ, ਤੇ ਜਿਹੜੀ ਲੜਕੀ ਆ ਨਾਲ ਉਹ ਕੌਣ ਆ? ਉਹ ਯਾਰ ਦੋਸਤ ਆ, ਸਾਰੇ ਫਰੈਂਡ ਸਰਕਲ 'ਚ ਸੀ ਆਪਾਂ। ਅੱਛਾ, ਤੇ ਉਹ ਵੀ ਚੰਡੀਗੜ੍ਹ ਤੋਂ ਹੀ ਆ? ਸਾਰੇ ਚੰਡੀਗੜ੍ਹ ਨੇੜੇ ਤੇੜੇ ਖੜੀ ਹੈਗਾ ਸਾਡਾ। ਅੱਛਾ, ਤੇ ਉਹ ਲੜਕੀ ਦੀ ਕੀ ਕੰਡੀਸ਼ਨ ਆ? ਉਹ ਵੀ ਸੀਰੀਅਸ ਹੈਗੀ, ਹਲੇ ਹਸਪੀਟਲ 'ਚ ਹੈਗੀ, ਉਹ ਇਹ ਨਹੀਂ ਪਤਾ ਕਿਹੜੇ ਹਸਪੀਟਲ 'ਚ ਹੈਗੀ। ਤੇ ਹੁਣ ਤੁਸੀਂ ਕੀ ਮੰਗ ਕਰਦੇ? ਅਸੀਂ ਤਾਂ ਦੇਖੋ ਕੀ ਕਰਦੇ ਹਾਂ, ਅਸੀਂ ਤਾਂ ਬੋਡੀ ਕਲੇ ਕੰਪਲੇਂਟ ਕਰੀ ਆਪਾਂ ਨੇ, ਬਾਕੀ ਉਹ ਟਰੱਕ ਵਾਲੇ ਦੀ ਫੋਟੋ ਵਗੈਰਾ ਪੜੀ ਆਪਣੇ ਕੋਲ, ਦੇਖੋ ਕੀ ਹੋ ਗਿਆ। ਵਧੀਆ ਫੋਟੋ ਸੀ, ਹਾਂ ਲੜਕੇ ਦੇ ਫੋਨ 'ਤੇ ਪੜੀ ਹੋਈ ਹੈ। ਸਰ ਇੱਕ ਸਿਵਲ ਹੋਸਪਿਟਲ ਤੋਂ ਸਵੇਰੇ ਚਿੱਟ ਆਈ ਸੀ, ਲੜਕੇ ਆਕਾਸ਼ ਦੀ ਡੈਥ ਹੋ ਗਈ ਆ, ਉਹਦੇ ਨਾਲ ਕੋਈ ਲੜਕੀ ਸੀ ਪੂਜਾ ਉਹਦੀ ਰਿਸ਼ਤੇਦਾਰ, ਮੋਟਰਸਾਈਕਲ 'ਤੇ ਆਉਂਦੇ ਸੀ, ਐਕਸੀਡੈਂਟ ਹੋਇਆ ਇਹਨਾਂ ਦਾ, ਲੜਕੇ ਦੀ ਮੌਕੇ 'ਤੇ ਡੈਥ ਹੋ ਗਈ ਹੈ, ਲੜਕੀ ਨੂੰ ਜਿਹੜਾ ਰੈਫਰ ਕਰ ਦਿੱਤਾ ਜ਼ਿਆਦਾ ਸੀਰੀਅਸ ਹੋਣ ਕਰਕੇ ਜਲੰਧਰ ਦਾ ਜੀ। ਅਤੇ ਹੁਣ ਕੀ ਕੰਡੀਸ਼ਨ ਆ ਲੜਕੀ ਦੀ? ਸਰ ਜਿਹੜੀ ਲੜਕੀ ਹੁਣ ਪਤਾ ਲੱਗਾ ਹੁਣੇ ਟੈਲੀਫੋਨ ਆਇਆ, ਉਹਦੀ ਵੀ ਸਿਵਲ ਹੋਸਪਿਟਲ ਦੌਰਾਨ ਇਲਾਜ ਡੈਥ ਹੋ ਗਈ। ਇਹ ਚੰਡੀਗੜ੍ਹ ਦੇ ਵਸਨੀਕ ਆ ਜੀ, ਦੋਵੇਂ 56 ਸੈਕਟਰ ਦੇ ਰਹਿਣ ਵਾਲੇ ਆ ਜੀ, ਲੜਕਾ ਵੀ ਲੜਕੀ ਵੀ। ਐਕਸੀਡੈਂਟ ਕਿਸ ਤਰ੍ਹਾਂ ਹੋਇਆ? ਐਕਸੀਡੈਂਟ ਸਾਰੇ ਪਿੰਡ ਸ਼ੰਕਰ ਲੱਗੇ ਜੀ, ਪੂਰੇਵਾਲ ਪੈਲਸ ਆ, ਉੱਥੇ ਮੋੜ ਪੈਂਦਾ, ਇੱਧਰੋਂ ਨਕੋਦਰ ਸਾਈਡ ਤੋਂ ਜਾ ਰਿਹਾ ਸੀ ਕੈਂਟਰ ਜੀ 709, ਇਹ ਉੱਧਰੋਂ ਆ ਰਹੇ ਸੀ ਜੰਡਿਆਲਾ ਸਾਈਡ ਤੋਂ ਮੋਟਰਸਾਈਕਲ 'ਤੇ, ਉੱਥੇ ਮੋੜ 'ਤੇ ਆਹਮੋ ਸਾਹਮਣੇ ਟੱਕਰ ਹੋ ਗਈ ਇਹਨਾਂ ਦੀ, ਸ਼ੰਕਰ ਪਿੰਡ ਜੀ। ਕੈਂਟਰ ਦੇ ਵਿੱਚ ਕੀ ਸੀਗਾ? ਕੈਂਟਰ 'ਚ ਦੇਖਿਆ ਨਹੀਂ, ਕੈਂਟਰ ਉੱਥੇ ਖੜਾ ਜੀ, ਉਦਾਂ ਤਰਪਾਲ ਉਹਦੇ ਉੱਤੇ ਦਿੱਤੀ ਹੈ ਜੀ। ਜਿਹੜਾ ਡਰਾਈਵਰ ਉਹਦਾ? ਡਰਾਈਵਰ ਸੁਖਵਿੰਦਰ ਸਿੰਘ ਦੱਸਦੇ ਆ ਜੀ, ਜਗਰਾਓਂ ਦਾ ਰਹਿਣ ਵਾਲਾ। ਉਹਨੂੰ ਕਾਬੂ ਕਰ ਲਿਆ? ਨਹੀਂ, ਅਜੇ ਇੱਧਰ ਪੋਸਟਮਾਰਟਮ ਕਰਵਾ ਰਹੇ ਹਾਂ ਜੀ। ਅੱਛਾ ਜੀ, ਹਾਂਜੀ। ਤੇ ਹੁਣ ਕੀ ਕਾਰਵਾਈ ਕੀਤੀ ਜਾ ਰਹੀ? ਇਹ ਮੁਕੱਦਮਾ ਦਰਜ ਕਰ ਦਿੱਤਾ ਜੀ ਮੁੰਡੇ ਦੇ ਮਾਮੇ ਦੇ ਬਿਆਨਾਂ ਦੇ ਜੀ, ਧਿਆਨ ਚੰਦ ਦੇ, ਧਿਆਨ ਸਿੰਘ ਦੇ ਬਿਆਨ 'ਤੇ ਮੁਕੱਦਮਾ ਦਰਜ ਕਰਤਾ, 104 ਨੰਬਰ ਜੀ। ਤੇ ਜਿਹੜੀ ਲੜਕੀ ਨਾਲ ਸੀਗੀ ਇਹ ਕੌਣ ਸੀਗੀ? ਇਹਦੀ ਲੜਕੀ? ਇਹ ਲੜਕੀ ਉਹਦੀ ਰਿਸ਼ਤੇਦਾਰ ਦੱਸਦੇ ਆ ਜੀ, ਉਹ 56 ਸੈਕਟਰ ਦੀ ਰਹਿਣ ਵਾਲੀ ਆ, ਇਹ ਲੜਕਾ ਵੀ 56 ਸੈਕਟਰ ਦਾ ਸੀ। ਲੜਕੀ ਪੂਜਾ ਆ ਜੀ, ਡਾਕਟਰ ਉਹ ਵਿਜੇ ਕੁਮਾਰ। ਤੇ ਹੁਣ ਕਿਹੜੀਆਂ ਧਾਰਾ ਦੇ ਅਧੀਨ ਮਾਮਲਾ ਦਰਜ ਕੀਤਾ? ਇਹ ਧਾਰਾ 106, 125A, 125B, 324 ਇਹਦੇ ਅਧੀਨ ਪਰਚਾ ਦਰਜ ਕੀਤਾ ਜੀ, ਮੁਕੱਦਮਾ ਨੰਬਰ 104।
ਵਾਧਾ ਵੀ ਕਰੋਗੇ ਨਾ ਦੂਜੇ ਲੜਕੀ ਦੀ ਵੀ ਡੈਥ ਹੋ ਗਈ ਤੁਸੀਂ ਦੱਸਿਆ ਨਾ ਜੋ ਹਾਲਾਤ ਪਾਏ ਜਾਣਗੇ ਉਹਦੇ ਹਿਸਾਬ ਨਾਲ ਕਾਰਵਾਈ ਕੀਤੀ ਜਾਊਗੀ।